ਲੈ ਆਓ ਇੱਕ ਰਚਨਾ ਮਹਾਮਾਈ ਦੇ ਚਰਨਾਂ ਚ ਲੈ ਜੇਪੀ ਸਟੂਡੀਓ ਤੋਂ ਲਾਈਵ ਤੁਸੀਂ ਦੇਖ ਰਹੇ ਹੋ ਜੇਪੀ ਸਟੂਡੀਓ ਦੇ ਬੋਧਨ ਤੇ ਉਸ ਤੋਂ ਤੁਸੀਂ ਲਾਈਵ ਦੇਖ ਰਹੇ ਹੋ ਲਾਈਵ ਦੇਖਣ ਵਾਲਾ ਮੇਰੇ ਵੱਲੋਂ ਜੈ ਮਾਤਾ ਜੀ ਇੰਨੀ ਕੁ ਬੇਨਤੀ ਕਰੂੰਗਾ ਵੈਸੇ ਤੁਸੀਂ ਪਿਆਰ ਨਾਲ ਸੁਣ ਰਹੇ ਹੋ ਆਹ ਦੋ ਕਲਾਮ ਮੇਰੇ ਇੱਦਾਂ ਬੈਠ ਕੇ ਸੁਣ ਲਓ ਮਾਣ ਸਨਮਾਨ ਬੰਦ ਕਰ ਦੋ ਕਲਾਮ ਸੁਣ ਲਓ ਇੱਕ ਮਾਂ ਤੇ ਇੱਕ ਜੰਗਲ ਮਾਛੀ ਵੜਦਾ ਆਦਰ ਸਤਿਕਾਰ ਦੇ ਨਾਲ ਬਹੁਤ ਤੁਹਾਡੀ ਮਿਹਰਬਾਨੀ ਹੈ ਤੁਸੀਂ ਬੜੇ ਪਿਆਰ ਨਾਲ ਸੁਣਿਆ ਮੈਂ ਸ਼ੁਕਰਗੁਜ਼ਾਰ ਹਾਂ ਜਿੰਨਾ ਵੀ ਸੁਣਿਆ ਬਹੁਤ ਪਿਆਰ ਨਾਲ ਸੁਣਿਆ ਮੇਰਾ ਛੋਟਾ ਭਰਾ ਰਿਸ਼ਵ ਪੁਜਾਰਾ ਉਹਨਾਂ ਦੀ ਵੀ ਬਹੁਤ ਮਿਹਰਬਾਨੀ ਹੈ ਸ਼ੁਕਰਗੁਜ਼ਾਰ ਅਗਰ ਬੈਠ ਕੇ ਸੁਣ ਲਓਗੇ ਮਹਾਮਾਈ ਨੂੰ ਚੰਗਾ ਲੱਗੇਗਾ ਕਿਉਂਕਿ ਮਾਂ ਦੀ ਗੱਲ ਕਰ ਰਹੇ ਬਹੁਤ ਮਿਹਰਬਾਨੀ ਵਿਸ਼ੂ ਜੀ ਆ ਇੱਕ ਦੋ ਕਲਾਮ ਬਸ ਬੈਠ ਕੇ ਸੁਣ ਲਓ ਬਹੁਤ ਮਿਹਰਬਾਨੀ ਮਾਵਾਂ ਜੋਣ ਜਿੰਨਾ ਦੀਆਂ ਜਗ ਤੇ ਜੰਨਤ ਆ ਪੁੱਤਰ ਕਰ ਮਾਵਾਂ ਦੀ ਸਰਦਾਰੀ ਦੋ ਜਗ ਅੰਦਰ ਪਰ ਜੋ ਸਮਝੇ ਸੋ ਪਾਵੇ ਸੜਕੇ ਲੇਖ ਮੈਂ ਉਜੜੇ ਵੇਖੇ ਜਿਨ੍ਹਾਂ ਨੂੰ ਰੋਜ਼ੀ ਵਧਨ ਛੁਡਾਵੇ ਹੱਥੀਂ ਤੋਰ ਕੇ ਪੁੱਤਰਾਂ ਨੂੰ ਓਏ ਰੱਬਾ ਮਾਂ ਨਾ ਕਿਸੇ ਦੀ ਮਰ ਜਾਵੇ ਆਪਣੇ ਇੱਕ ਛੋਟੇ ਜਿਹੇ ਪੁੱਤ ਨਾਲ ਸੁੱਤੀ ਪਈ ਹੈ ਅੱਧੀ ਰਾਤ ਦਾ ਵਕਤ ਹੁੰਦਾ ਹੈ ਉਸ ਕਮਰੇ 'ਚ ਕਿਸੇ ਦੇ ਆਉਣ ਦੀ ਆਵਾਜ਼ ਆਉਂਦੀ ਹੈ ਆਹਟ ਜੀ ਹੁੰਦੀ ਹੈ ਮਹਿਸੂਸ ਹੁੰਦਾ ਕਿ ਕੋਈ ਕਮਰੇ 'ਚ ਆਇਆ ਉਹ ਬੱਚੇ ਦੀ ਅੱਖ ਖੁੱਲ੍ਹ ਜਾਂਦੀ ਹੈ ਬੱਚਾ ਡਰਦਾ ਡਰਦਾ ਪੁੱਛਦਾ ਕਹਿੰਦਾ ਭਾਈ ਤੂੰ ਕੌਣ ਹੈ ਅੱਗੋਂ ਆਵਾਜ਼ ਆਉਂਦੀ ਹੈ ਕਿ ਮੈਂ ਮੌਤ ਦਾ ਫਰਿਸ਼ਤਾ ਮੈਂ ਮੌਤ ਹਾਂ ਬੱਚਾ ਪੁੱਛਦਾ ਤੂੰ ਕੀ ਕਰਨਾ ਹੈ ਅੱਗੋਂ ਆਵਾਜ਼ ਆਉਂਦੀ ਹੈ ਤੇਰੀ ਮਾਂ ਦੇ ਮਰਨ ਦਾ ਵਕਤ ਹੋ ਗਿਆ ਮੈਂ ਉਹਨੂੰ ਲੈ ਕੇ ਜਾਣ ਲਈ ਆਇਆ ਤੇਰੀ ਮਾਂ ਦੀ ਰੂਹ ਕਬਜ਼ ਕਰਨ ਵਾਸਤੇ ਆਇਆ ਬੱਚਾ ਸੋਚਦਾ ਹੈ ਮੇਰੀ ਮਾਂ ਨੇ ਮਰ ਜਾਣਾ ਵੀਰੇ ਪਿਆਰ ਸਕੂਨ ਨਾਲ ਸੁਣ ਲਓ ਹੱਥ ਬੰਨ ਕੇ ਬੇਨਤੀ ਹੈ ਬਹੁਤ ਪਿਆਰ ਬਹੁਤ ਵੱਡਾ ਕਲਾਮ ਹੈ ਮਾਂ ਦਾ ਅਦਬ ਹੈ ਮਾਂ ਦਾ ਸਤਿਕਾਰ ਹੈ ਮਾਂ ਦੀ ਮੁਹੱਬਤ ਹੈ ਬੱਚਾ ਸੋਚਦਾ ਮੇਰੀ ਮਾਂ ਨੇ ਮਰ ਜਾਣਾ ਆਪਣੀ ਆਪਣੀ ਮਾਂ ਦੇ ਮਰਨ ਦੀ ਗੱਲ ਸੋਚ ਕੇ ਬੱਚੇ ਦਾ ਕਲੇਜਾ ਜਿਹਾ ਬੈਠ ਗਿਆ ਹੁਬਕੀ ਹੁਬਕੀ ਰੋਂਦਾ ਹੈ ਭੁੱਬਾ ਮਾਰ ਮਾਰ ਕੇ ਰੋਂਦਾ ਹੈ ਔਰ ਫਰਿਸ਼ਤੇ ਨੂੰ ਕਹਿੰਦਾ ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ ਰੱਬ ਦਾ ਵਾਸਤਾ ਮੇਰੀ ਮਾਂ ਨੂੰ ਨਾ ਲੈ ਕੇ ਜਾਣ ਮੈਂ ਜਾਨ ਦੇ ਬਦਲੇ ਜਾਨ ਦੇਣ ਨੂੰ ਤਿਆਰ ਹਾਂ ਤੂੰ ਮੇਰੇ ਨਾਲ ਇੱਕ ਸੌਦਾ ਕਰ ਲੈ
ਤੂੰ ਮੇਰੀ ਜਾਨ ਲੈ ਜਾ ਪਰ ਮੇਰੀ ਮਾਂ ਦੀ ਜਾਨ ਬਖਸ਼ ਦੇ। ਮੇਰੇ ਨਾਲ ਸੌਦਾ ਕਰ। ਅੱਗੋਂ ਉਹ ਮੌਤ ਦਾ ਫਰਿਸ਼ਤਾ ਹੱਸ ਕੇ ਕਹਿਣ ਲੱਗਿਆ, ਪੁੱਤਰ ਤੂੰ ਕਿਹੜੇ ਸੌਦੇ ਦੀ ਗੱਲ ਕਰਦਾ ਹੈ, ਲੈਣ ਤੇ ਮੈਂ ਤੈਨੂੰ ਆਇਆ ਸੀ ਪਰ ਤੇਰੀ ਮਾਂ ਨੇ ਸੌਦਾ ਤੇਰੇ ਨਾਲੋਂ ਪਹਿਲਾਂ ਕਰ ਲਿਆ। ਇਹ ਮਾਵਾਂ ਆਪਣੀ ਔਲਾਦ ਲਈ, ਆਪਣੀਆਂ ਧੀਆਂ ਲਈ, ਆਪਣੇ ਪੁੱਤਰਾਂ ਲਈ ਜ਼ਿੰਦਗੀ ਔਰ ਮੌਤ ਦੇ ਸੌਦੇ ਪਹਿਲਾਂ ਕਰ ਲੈਂਦੀਆਂ ਸੀ। ਜਿਨ੍ਹਾਂ ਦੀਆਂ ਮਾਵਾਂ ਜਾ ਕੇ ਨਹੀਂ, ਉਹਨਾਂ ਨੂੰ ਪੁੱਛ ਕੇ ਦੇਖੋ ਮਾਂ ਤੋਂ ਬਿਨਾਂ ਕਿੱਦਾਂ ਨੇਰ ਛਾ ਜਾਂਦਾ। ਜਿਨ੍ਹਾਂ ਦੇ ਮਾਵਾਂ ਜਿਉਂਦੀਆਂ ਨੇ, ਮੈਂ ਮਹਾਮਾਈ ਦੇ ਚਰਨਾਂ 'ਚ ਦੁਆ ਕਰਦਾ, ਅਰਦਾਸ ਕਰਦਾ ਕਿ 100 ਸਾਲ ਜਿਉਂਦੀਆਂ ਰਹਿਣ, ਮਾਂ ਬਾਪ ਦਾ ਸਾਇਆ ਹਰੇਕ ਔਲਾਦ ਦੇ ਉੱਪਰ ਰਵੇ। ਮਾਂ ਵਿਛੜ ਰਹੀ ਹੈ, ਜਾਂਦੀ ਮਾਂ ਨੂੰ ਚਿੰਬੜਦਾ, ਰੋਂਦਾ, ਭੁੱਬਾਂ ਮਾਰਦਾ, ਦੁਬਾਰਾ ਮਿਲਣ ਦੀ ਉਮੀਦ ਨਾਲ ਕੁਝ ਗੱਲਾਂ ਕਰਦਾ। ਜ਼ਰਾ ਤਵੱਜੋ ਹਜ਼ੂਰ ਕੀ ਕਹਿੰਦਾ। ਨੀ ਮਾਂ ਮੇਰੀ, ਨੀ ਮਾਂ ਮੇਰੀ, ਨੀ ਮਾਂ ਮੇਰੀ ਆਵੇਂਗੀ ਕਿਹੜੀ ਰੁੱਤੇ, ਨੀ ਮਾਂ ਮੇਰੀ ਆਵੇਂਗੀ ਕਿਹੜੀ ਰੁੱਤੇ, ਮਾਂ ਮੇਰੀ ਆਵੇਂਗੀ ਕਿਹੜੀ ਰੁੱਤੇ। ਕਮਲੀ ਵਾਲਿਆ ਕਰਮ ਕਮਾਵੀ ਹੈ, ਸਲਾਮਤ ਨੇ ਜ਼ਰਾ ਉੱਪਰ ਹੱਥ ਕਰਕੇ ਆਪਣੀ ਮਾਂ ਦੇ ਪਿਆਰ ਦਾ ਸਬੂਤ ਦੇਣਗੇ।
ਹੱਥ ਉੱਪਰ ਕਰਕੇ ਦੋਨੋਂ। ਜੈਕਾਰਾ ਮੇਰੀ ਮਾਂ ਦਾ ਬੋਲ ਸਾਚੇ ਦਰਬਾਰ ਕੀ ਜੈ। ਜਿਨ੍ਹਾਂ ਦੇ ਮਾਵਾਂ ਨਾਰਾਜ਼ ਨੇ ਜਿਨ੍ਹਾਂ ਦਾ ਬਾਪ ਨਾਰਾਜ਼ ਹੈ ਔਲਾਦ ਦੇ ਨਾਲ ਔਰ ਇੱਥੇ ਬੈਠਾ ਹੋ ਤੇ ਅੱਜ ਮਹਾਮਾਈ ਦੀ ਕਸਮ ਖਾ ਕੇ ਜਾਓ, ਮਹਾਮਾਈ ਦੇ ਚਰਨਾਂ ਦੀ ਸਹੁੰ ਖਾ ਕੇ ਜਾਓ ਕਿ ਅੱਜ ਜਾਂਦੇ ਹੀ ਮਨਾ ਲੈਣੇ ਆ। ਕਿਉਂਕਿ ਜੇ ਮਾਂ ਰੁੱਸੀ ਰਹਿ ਗਈ ਨਾ, ਮਹਾਮਾਈ ਦੀ ਕਸਮ ਲੱਗੇ ਨਾ ਤੁਸੀਂ ਇਸ ਜਹਾਨ ਜੋਗੇ ਰਹਿਣਾ ਤੇ ਨਾ ਉਸ ਜਹਾਨ ਜੋਗੇ ਰਹਿਣਾ। ਜਿਨ੍ਹਾਂ ਦਾ ਬਾਪ ਨਾਰਾਜ਼ ਰਹਿ ਗਿਆ ਤੇ ਮਾਂ ਨਾਰਾਜ਼ ਰਹਿ ਗਈ, ਤੁਸੀਂ ਕਿਸੇ ਜੋਗੇ ਵੀ ਨਹੀਂ। ਭਾਵੇਂ ਲੱਖ ਮੈਲ ਖੜੇ ਕਰ ਲਓ, ਵੱਡੇ ਵੱਡੇ ਬਿਜ਼ਨਸਮੈਨ ਬਣ ਜਾਓ, ਨੌਕਰੀਆਂ ਲੈ ਲਓ, ਪਰ ਮਾਂ ਔਰ ਬਾਪ ਤੋਂ ਬਿਨਾਂ ਕੱਖ ਵੀ ਨਹੀਂ। ਜਿਉਂਦੇ ਜੀ, ਇੱਕ ਪੁੱਤ ਆਪਣੀ ਮਾਂ ਨੂੰ ਪਿਆਰ ਭਰੀ ਨਜ਼ਰ ਨਾਲ ਵੇਖ ਲਵੇ ਤੇ ਮਾਂ ਦਾ ਕਲੇਜਾ ਠੰਡਾ ਹੋ ਜਾਂਦਾ। ਇੱਕ ਪੁੱਤ ਆਪਣੇ ਬਾਪ ਨੂੰ ਪਿਆਰ ਤੇ ਮੁਹੱਬਤ ਦੇ ਨਾਲ ਇੱਕ ਪਾਣੀ ਦਾ ਗਿਲਾਸ ਪੁੱਛ ਲਵੇ ਤੇ ਪਿਓ ਦਾ ਕਲੇਜਾ ਠੰਡਾ ਹੋ ਜਾਂਦਾ। ਮਾਂ ਬਾਪ ਦੇ ਮਰਨ ਤੋਂ ਬਾਅਦ ਗੁਆਂਢੀਆਂ ਨੂੰ ਜਲੇਬੀਆਂ ਖਿਲਾਉਣ ਦਾ ਕੀ ਫਾਇਦਾ ਹੈ? ਮਾਵਾਂ ਵਾਲਿਓ, ਮਾਂ ਨੂੰ ਰਾਜ਼ੀ ਕਰ ਲਵੋ। ਝੋਲੀ ਆਪਣੀ ਰਹਿਮਤ ਦੇ ਨਾਲ ਭਰ ਲਵੋ। ਮਾਂ ਨੂੰ ਰਾਜ਼ੀ ਕਰ ਲਵੋ, ਝੋਲੀ ਆਪਣੀ ਰਹਿਮਤ ਦੇ ਨਾਲ ਭਰ ਲਵੋ। ਕਿਉਂ? ਹੋਏ ਰੱਬਾ ਛੇਤੀ
ਧੀਆਂ ਧਨ ਨੇ ਪਰਾਇਆ, ਓਏ ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧਨ ਨੇ ਪਰਾਇਆ, ਧੀਆਂ ਧਨ ਨੇ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਮਾਂ ਕੇ ਕਦਮੋਂ ਮੇਂ ਜੰਨਤ ਹੈ ਯੇ ਮੁਸਲਮਾਨ ਕਹਤੇ ਹੈ। ਗੱਲਾਂ ਸੱਚੀਆਂ ਤੇ ਖਰੀਆਂ ਕਰਕੇ ਜਾਣੀਆਂ। ਬੇਸ਼ੱਕ ਬਾਅਦ ਦੇ ਵਿੱਚ ਤੁਸੀਂ ਰਿਕਾਰਡਿੰਗ ਸੁਣਦੇ ਰਹੋ, ਲਾਈਵ ਵੀ ਚੱਲ ਰਿਹਾ ਤੇ ਰਿਕਾਰਡਿੰਗ ਵੀ ਹੋ ਰਹੀ ਆ। ਅੱਜ ਤੁਸੀਂ ਧਿਆਨ ਨਾਲ ਸੁਣੋ, ਭਾਵੇਂ ਨਾ ਸੁਣੋ, ਬਾਅਦ ਦੇ ਵਿੱਚ ਰਿਕਾਰਡਿੰਗ ਸੁਣ ਲਿਓ। ਗੱਲਾਂ ਸੱਚੀਆਂ ਤੇ ਖਰੀਆਂ ਕਰਕੇ ਜਾਊਂਗਾ। ਮਾਂ ਕੇ ਕਦਮੋਂ ਮੇਂ ਜੰਨਤ ਹੈ ਯੇ ਮੁਸਲਮਾਨ ਕਹਤੇ ਹੈ। ਅਗਰ ਬੇਟੀ ਨਾ ਹੋਈ ਪੈਦਾ ਤੋ ਜੰਨਤ ਕਹਾਂ ਸੇ ਲਾਓਗੇ। ਹਿੰਦੂ ਹਿੰਦੂ ਕੰਜਕ ਬਣਾ ਕੇ ਪੂਜਤੇ ਹੈ ਬੇਟੀ ਕੋ, ਅਗਰ ਬੇਟੀ ਨਾ ਹੋਈ ਪੈਦਾ ਤੋ ਕੰਜਕ ਕਹਾਂ ਸੇ ਲਾਓਗੇ। ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ, ਧੀਆਂ ਧਨ ਨੇ ਧੀਆਂ ਧਨ ਨੇ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਧੀਆਂ ਧਨ ਨੇ ਪਰਾਇਆ, ਓ ਧੀਆਂ ਧਨ ਨੇ ਪਰਾਇਆ, ਓ ਧੀਆਂ ਧਨ ਨੇ ਪਰਾਇਆ,